ਅੱਜ ਬੰਬ ਧਮਾਕੇ ਕਾਰਨ ਸਪੈਸ਼ਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਰੇਲਵੇ ਸਟੇਸ਼ਨ ਇੱਕ ਅਤੇ RPF ਨੂੰ ਨਾਲ ਲੈ ਕੇ ਸਾਈਕਲ ਸਟੈਂਡ, ਕਾਰ ਪਾਰਕਿੰਗ ਅਤੇ ਹੋਰ ਅਦਰ ਸਾਈਡਾਂ ਦੇ ਉੱਤੋਂ ਚੰਗੀ ਤਰ੍ਹਾਂ ਚੈਕਿੰਗ ਕਰਵਾਈ ਜਾ ਰਹੀ ਹੈ ਕਿ ਕੋਈ ਵੀ ਅਣਸਚਾਤੀ ਚੀਜ਼ ਜਿਹੜੀ ਨਾ ਮਿਲੇ, ਜੇ ਕੋਈ ਅਣਸਚਾਤੀ ਘਟਨਾ ਜਿਹੜੀ ਆ ਉਹ ਨਾ ਵਾਪਰੇ। ਦੇਖੋ ਰੇਲਵੇ ਸਟੇਸ਼ਨ 'ਤੇ ਕੋਈ ਵੀ ਜਿਹੜੀ ਆਉਣ ਅਤੇ ਜਾਣ ਵਾਲੀ ਸਵਾਰੀ ਨੂੰ ਚੰਗੀ ਤਰ੍ਹਾਂ ਚੈਕਿੰਗ ਚੈੱਕ ਕੀਤਾ ਜਾ ਰਿਹਾ ਅਤੇ ਪਲੇਟਫਾਰਮ ਨੰਬਰ 1 ਦੇ ਉੱਤੇ ਵੀ ਗੱਡੀਆਂ ਜਿਹੜੀਆਂ ਨੇ ਉਹ ਵੀ ਚੈੱਕ ਕੀਤੀਆਂ ਗਈਆਂ ਨੇ ਅਤੇ ਲਗਾਤਾਰ ਜਿਹੜੀ ਚੈਕਿੰਗ ਹੈ ਜਾਰੀ ਰਹੂਗੀ। ਸਮੇਂ ਸਮੇਂ 'ਤੇ ਜਿਹੜੀਆਂ ਹਦਾਇਤਾਂ ਜਿਹੜੀਆਂ ਨੇ ਉਹ ਅਫਸਰਾਂ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਸੰਬੰਧ ਵਿੱਚ ਲਗਾਤਾਰ ਜਿਹੜੀ ਚੈਕਿੰਗ ਜਾਰੀ ਹੈ। ਠੀਕ ਹੈ।